ਤਾਂ ਬੈਕ ਟੂ ਬੈਕ ਫਿਲਮਾਂ ਦੇ ਰਹੇ ਹੋ, ਹੈ ਨਾ? ਇਹ ਦੋਨੋਂ ਏ ਲਿਸਟ ਸਟਾਰ ਨੇ ਪੰਜਾਬੀ ਫਿਲਮ ਇੰਡਸਟਰੀ ਦੇ, ਲੇਕਿਨ ਆਈ ਕਾਂਟ ਸੇ ਇਟਸ ਪ੍ਰੈਸ਼ਰ, ਬਟ ਰਿਸਪੋਂਸੀਬਿਲਟੀ ਹੁੰਦੀ ਹੈ ਜਦੋਂ ਤੁਸੀਂ ਕਿਸੇ ਬਾਲੀਵੁੱਡ ਫਿਲਮ ਦਾ ਨਾਮ ਜੋੜਦੇ ਹੋ ਆਪਣੇ ਨਾਲ, ਹੈ ਨਾ? ਸੋ ਇੱਕ ਨਾਮ ਜੁੜਿਆ, ਇਟਸ ਨੋਟ ਅ ਆਈ ਥਿੰਕ ਫੁੱਲ ਫਲੈਜਡ ਰੀਮੇਕ, ਹੈ ਨਾ, ਲੇਕਿਨ ਫਿਰ ਵੀ ਰਿਸਪੋਂਸੀਬਿਲਟੀ ਤਾਂ ਹੁੰਦੀ ਹੈ। ਸੋ ਹਾਂ, ਕਿਉਂਕਿ ਸਿੰਘਮ ਜਿਹੜਾ ਨਾ ਬਹੁਤ ਵੱਡਾ ਬ੍ਰਾਂਡ ਹੈਗਾ, ਔਰ ਨੌਰਥ, ਸਾਊਥ, ਈਸਟ, ਵੈਸਟ ਸਾਰਿਆਂ ਨੇ ਇਹ ਫਿਲਮ ਦੇਖੀ ਹੋਈ ਆ। ਸੋ ਅਗਰ ਅਸੀਂ ਇਹਨੂੰ ਪੰਜਾਬੀ 'ਚ ਲੈ ਕੇ ਆ ਰਹੇ ਹਾਂ ਤਾਂ ਡੈਫੀਨੇਟਲੀ ਸਾਰਿਆਂ ਦਾ ਯੂਨੋ ਕੋਸ਼ਿਸ਼ ਇਹੀ ਸੀ ਕਿ ਆਪਾਂ ਜਸਟਿਸ ਕਰੀਏ ਇੱਕ ਤਾਂ ਬ੍ਰਾਂਡ ਨੂੰ, ਇੱਕ ਆਪਾਂ ਪੰਜਾਬੀ 'ਚ ਬਣਾ ਰਹੇ ਹਾਂ ਅਤੇ ਲੋਕਾਂ ਨੂੰ ਪਸੰਦ ਆਉਣੀ ਚਾਹੀਦੀ ਹੈ, ਬਿਕੋਜ਼ ਨੌਰਥ 'ਚ ਵੀ ਸਾਰੇ ਲੋਕਾਂ ਨੇ ਦੇਖੀ ਹੋਈ ਆ। ਸੋ ਉਹ ਸਾਡਾ ਇੱਕ ਬਹੁਤ ਵੱਡੀ ਕੋਸ਼ਿਸ਼ ਹੈ। ਸੋ ਓਬਵੀਅਸਲੀ ਥੋੜ੍ਹੀ ਨਰਵਸਨੈਸ, ਲੋਟ ਆਫ ਰਿਸਪੋਂਸੀਬਿਲਿਟੀ, ਉਹ ਸਾਨੂੰ ਸਾਰੇ ਮਿਕਸਡ ਇਮੋਸ਼ਨਸ ਹੈਗੇ ਆ। ਅੱਛਾ, ਵੈਸੇ ਯੂਨੀਫਾਰਮ ਪਾਈ ਤੁਸੀਂ ਪੁਲਿਸ ਦੀ, ਹੈ ਨਾ, ਪ੍ਰੋਪਰ ਇੱਕ ਫਾਰਮ ਤੁਹਾਨੂੰ ਮੇਨਟੇਨ ਕਰਨਾ ਪਿਆ, ਸੋ ਹਾਊ ਇਜ਼ ਦੈਟ ਯੂਨੀਫਾਰਮ ਵਾਲਾ? ਹਾਂਜੀ, ਉਹ ਵਧੀਆ ਸੀ ਕਿਉਂਕਿ ਜਿਵੇਂ ਮੈਂ ਮੇਰੇ ਦਾੜੀ ਰੱਖੀ ਹੋਈ ਆ ਤਾਂ ਮੇਰੇ ਵਾਲ ਨਹੀਂ ਹੈਗੇ। ਯੂਨੀਫਾਰਮ ਕੋਡ ਇਹ ਕਹਿੰਦਾ ਕਿ ਜੇ ਤੁਸੀਂ ਬੀਅਰਡ ਰੱਖੀ ਹੋਈ ਆ ਤਾਂ ਤੁਸੀਂ ਪੱਗ ਬੰਨਣੀ ਆ, ਅਤੇ ਮੈਂ ਕਾਰ ਵੀ ਮੇਰੇ ਕੋਲ ਬਲੈਰੋ ਹੈ ਅਤੇ ਪੰਜਾਬ ਦੇ ਵਿੱਚ ਡੀ ਐੱਸ ਪੀ ਰੈਂਕ ਦੇ ਆਫਿਸਰ ਕੋਲ ਬਲੈਰੋ ਹੁੰਦੀ ਹੈ। ਸੋ ਆਈ ਵੀ ਫੋਲੋਡ ਦ ਰਾਈਟ ਰੂਲਸ ਇਨ ਐਵਰੀਥਿੰਗ, ਅਤੇ ਈਵਨ ਜਿਹੜਾ ਫਲੋਰ ਅਕੈਡਮੀ ਦੇ ਵਿੱਚ ਗ੍ਰੈਜੂਏਸ਼ਨ ਵਾਲਾ ਸੀਨ ਹੈ ਪਹਿਲਾਂ, ਉਹ ਵੀ ਅਸੀਂ ਫਲੋਰ ਅਕੈਡਮੀ, ਪੁਲਿਸ ਅਕੈਡਮੀ ਵਿੱਚ ਹੀ ਕੀਤਾ। ਮੈਨੂੰ ਛੱਡ ਕੇ ਬਾਕੀ ਸਾਰੇ ਜਿੰਨੇ ਸ਼ਾਰਟ ਦੇ ਵਿੱਚ ਹੋਰ ਬੰਦੇ ਨੇ, ਸਾਰੇ ਦੇ ਆਰ ਐਕਚੁਲੀ ਪੁਲਿਸ ਆਫਿਸਰ, ਸੋ ਉਹਨਾਂ ਦੇ ਨਾਲ ਸੀ ਅਸੀਂ। ਹਾਂਜੀ, ਇਟ ਫੈਲਟ ਗ੍ਰੇਟ ਓਬਵੀਅਸਲੀ, ਹੈ ਨਾ, ਯੂਨੀਫਾਰਮ ਪਾ ਕੇ, ਇਟਸ ਐਨ ਅਮੇਜ਼ਿੰਗ ਫੀਲਿੰਗ, ਖਾਸ ਕਰਕੇ ਜਦੋਂ ਪੱਗ ਬੰਨਦਾ ਸੀ, ਬਹੁਤ ਵਧੀਆ ਲੱਗਦਾ ਸੀ। ਵੈਸੇ ਕਿੱਦਾਂ ਦਾ ਫੀਲ ਹੁੰਦਾ ਜੇ ਤੁਹਾਡਾ ਬੋਏਫ੍ਰੈਂਡ ਔਰ ਤੁਹਾਡਾ ਲਵ ਇੰਟਰਸਟ, ਤੁਹਾਡਾ ਕਨੈਕਸ਼ਨ ਪੁਲਿਸ ਦੇ ਵਿੱਚ ਹੋਵੇ, ਪੁਲਿਸ ਆਫਿਸਰ ਹੋਵੇ, ਸਰ ਹਾਊ ਇਜ਼ ਦੈਟ? ਜੇ ਹਸਬੈਂਡ ਜਾਂ ਬੋਏਫ੍ਰੈਂਡ ਪੁਲਿਸ 'ਚ ਹੋਵੇ ਤਾਂ ਇਹ ਹੋ ਸਕਦੀ ਆ ਕਿ ਹਰ ਫੈਸਟੀਵਲ 'ਤੇ ਉਹ ਕਰਨੀ ਹੋਊਗਾ, ਯੂਨੋ, ਉਹ ਇਕੱਠੇ ਨਹੀਂ ਸਪੈਂਡ ਕਰ ਸਕਦੇ, ਵਿਚ ਇਜ਼ ਸੱਚ ਅ ਬਿਗ ਸੈਕਰੀਫਾਈਸ। ਸੋ ਰੀਅਲੀ ਹੈਟਸ ਆਫ ਟੂ ਐਵਰੀਬਡੀ ਹੂ ਸਰਵਿੰਗ ਆਰ ਨੇਸ਼ਨ। ਅਤੇ ਉਹ ਲੱਗਦਾ ਹੈ, ਬਿਕੋਜ਼ ਨੋ ਮੈਟਰ ਕਿੰਨਾ ਵੀ ਤੁਸੀਂ ਕਰੋ, ਤੁਸੀਂ ਚਾਹੁੰਦੇ ਹੋ ਕਿ ਯੋਰ ਲਵਡ ਵਨ ਸ਼ੁੱਡ ਬੀ ਵਿਦ ਯੂ ਔਨ ਦਾ, ਯੂਨੋ, ਦਿਵਾਲੀ, ਨਿਊ ਈਅਰ, ਆਲ ਦੈਟ, ਤਾਂ ਉਹ ਨਹੀਂ ਹੋ ਸਕਦਾ। ਸੋ ਇਟ ਇਜ਼ ਟਫ। ਵੈਸੇ ਇੱਕ ਵੱਖਰੀ ਟੌਰ ਜੀ, ਰੌਬ ਜੀ ਤਾਂ ਬੰਦੇ ਨੂੰ ਆਪਣੇ ਆਪ ਵੀ ਲੱਗਦਾ ਨਾ ਅੰਦਰ ਹੀ, ਹੈ ਨਾ, ਕਿ ਯਾਰ ਦੇਖੇਂਗੇ ਤੂੰ ਮੈਨੂੰ ਕੁਛ ਕਹਿ ਨਹੀਂ ਸਕਦਾ, ਦੇਖੇਗਾ ਤੇਰੀ ਕਿੱਦਾਂ ਫੈਂਟ ਕਰਵਾਉਂਦੀ, ਹੈ ਨਾ। ਤੁਸੀਂ ਵੀ ਕੋਈ ਐਕਸ਼ਨ ਸੀਨ ਸੁਣ ਕੀਤਾ ਵਿੱਚ? ਇਹਦੇ 'ਚ ਨਹੀਂ ਕੀਤਾ, ਅਗਲੀ ਤੁਸੀਂ ਸੋਚੋਗੀ ਉਦੋਂ ਕਰੂੰਗੀ ਫਰ ਸ਼ੋਰ। ਅੱਛਾ ਅੱਛਾ, ਉਹਦੀ ਮੈਂ ਹੁਣ ਤੋਂ ਦੇਖੋ ਪ੍ਰੈਪਰੇਸ਼ਨ ਸਟਾਰਟ ਸ਼ੁਰੂ ਕਰ ਦਿੱਤੀ ਹੈ। ਲੇਡੀ ਸਿੰਘਮ ਮਤਲਬ ਨੈਕਸਟ ਬਹੁਤ ਜਲਦੀ ਮਿਲਣ ਵਾਲੀ ਹੈ ਪੰਜਾਬ। ਅਗਲਾ ਅਸੀਂ ਕਹਿੰਦੇ ਆ ਕਿ ਅਗਲੀ ਫਿਲਮ ਦੇ ਵਿੱਚ ਮੈਂ ਇੱਕ ਸੀਨ ਰੱਖਣਾ ਤਾਂ ਮੈਨੂੰ ਗੁੰਡਿਆਂ ਨੇ ਫੜਿਆ ਤੇ ਮੈਨੂੰ ਆਗੇ ਬਚਾਉਂਦੀ ਹੈ। ਅੱਛਾ, ਪ੍ਰੋਫੀ ਮਿਲ। ਅੱਛਾ ਅੱਛਾ, ਰਾਈਟ। ਇੱਕ ਇੱਕ ਕਰੀ ਮੈਂ ਇਹਨੂੰ ਕੁਛ ਮੀਨ ਬੋਲਿਆ ਸੀਗਾ, ਮੇਰੇ ਸੱਟ ਵੱਜ ਗਈ ਸੀ ਨਾਲ ਦੀ ਨਾਲ ਹੀ, ਯਾਦ ਹੈ? ਕੱਲੀ ਕਿਤੇ ਮਿਲਦੇ ਸ਼ੂਟ ਤੇ, ਬਿਕੋਜ਼ ਯੂ ਕਾਲ ਮੀ ਮੀਨ, ਮੀਨ ਮੈਨੂੰ ਮਤਲਬ ਹੀ ਬੁਲਾ ਰਹੇ। ਨਹੀਂ, ਮਤਲਬ ਹੀ ਨਹੀਂ ਸੀ ਕਿਹਾ, ਇਹ ਤਾਂ ਡਿਡ ਸੇ ਸਮਥਿੰਗ, ਮੀਨ ਨਹੀਂ ਸੀਗਾ, ਆਈ ਡੋਨਟ ਨੋ, ਆਈ ਸੈਡ ਸਮਥਿੰਗ, ਤੇ ਮੈਂ ਇਹਨੂੰ ਕੁਛ ਕਹਿਤਾ, ਨਾ ਉਹਦੇ ਮੇਰਾ ਗੋਡਾ ਵੱਜਿਆ ਲਾਈਟ 'ਚ, ਮੈਂ ਕਿਹਾ ਰੱਬ ਨੇ ਨਾਲ ਹੀ ਸਜ਼ਾ ਦੇ ਦਿੱਤੀ, ਫਿਰ ਮੈਂ ਇਹਨੂੰ ਕਹਿਣਾ ਬੰਦ ਕਰ ਦਿੱਤਾ। ਬਿਲਕੁਲ, ਬਟ ਮੈਂ ਤਾਂ ਚੰਗੀ ਐਡਵਾਈਸ ਦਿੱਤੀ ਨਾ, ਇਹਨਾਂ ਨੇ ਮੈਨੂੰ ਚੰਗੀ ਕੋਈ ਐਡਵਾਈਸ ਨਹੀਂ ਸੀ ਦਿੱਤੀ, ਤਾਂ ਮੇਰੀ ਲੈਗ ਪੁਲਿੰਗ ਕਰ ਰਹੀ ਸੀ, ਇਸ ਕਰਕੇ ਮੈਂ ਲੈਗ ਪੁਲਿੰਗ ਨਹੀਂ ਸੀ ਕਰ ਰਿਹਾ। ਏਦਾਂ ਲੱਗ ਰਿਹਾ ਜਿੱਦਾਂ ਪਰਮੇਸ਼ ਨੂੰ ਕੁੜੀ ਦੇਖਣ ਆ ਰਹੀ ਆ, ਕੀਤੀ ਹੋਈ ਹੈ, ਚਾਹ ਪੀਓਗੇ ਤੁਸੀਂ? ਅਸੀਂ ਸੌਰੇ ਆ, ਅਸੀਂ ਸੌਰੇ ਆ, ਐਂਡ ਹੀ ਇਜ਼ ਰਿਪਲਾਈਂਗ ਟੂ ਦ ਇਨ-ਲਾਸ, ਚਾਹ ਸ਼ਰਮਾ ਕੇ, ਹੈ ਨਾ, ਹੀ ਇਜ਼, ਆਈ ਡੋਨਟ ਨੋ, ਇਟਸ ਜਸਟ ਆਈ ਡੋਨਟ ਨੋ।